ਟਵਿੱਟਰ ਦੇ ਉੱਤੇ ਬਾਇਕਾਟ ਕਰੀਨਾ ਕਪੂਰ ਟ੍ਰੈਂਡ ਕਰ ਰਿਹਾ ਹੈ। ਬਹੁਤ ਸਾਰੇ ਲੋਕ ਇਸ ਹੈਸ਼ਟੈਗ ਤੇ ਕਰੀਨਾ ਕਪੂਰ ਨੂੰ ਕਾਫੀ ਟ੍ਰੋਲ ਕਰ ਰਹੇ ਹਨ। ਹੁਣ ਤੁਸੀਂ ਵੀ ਸੋਚ ਰਹੇ ਹੋਵੋ ਕਰੀਨਾ ਕਪੂਰ ਨੇ ਐਸਾ ਕੀ ਕੀਤਾ ਕਿ ਉਸ ਦਾ ਟਵਿੱਟਰ ਤੇ ਬਾਇਕਾਟ ਕੀਤਾ ਜਾ ਰਿਹਾ। ਦਰਅਸਲ ਹਾਲ ਹੀ ਦੇ ਵਿੱਚ ਖਬਰਾਂ ਆਈਆਂ ਸਨ ਕਿ ਬਾਹੂਬਲੀ ਦੇ ਰਾਈਟਰ ਕੇਵੀ ਵਿਜੇਂਦਰ ਪ੍ਰਸਾਦ ਰਮਾਇਣ ਦੇ ਆਧਾਰਿਤ ਫਿਲਮ ਸੀਤਾ ਲੈ ਕੇ ਆ ਰਹੇ ਨੇ। ਇਸ ਫਿਲਮ ਦੇ ਐਲਾਨ ਤੋਂ ਬਾਅਦ ਕਰੀਨਾ ਕਪੂਰ ਦਾ ਨਾਮ ਸਭ ਤੋਂ ਵੱਧ ਲਿਆ ਗਿਆ ਸੀ। ਕਿਹਾ ਇਹ ਵੀ ਜਾ ਰਿਹਾ ਸੀ ਕਿ ਮੇਕਰ ਨੇ ਸੀਤਾ ਦੇ ਕਿਰਦਾਰ ਦੇ ਲਈ ਕਰੀਨਾ ਕਪੂਰ ਨੂੰ ਅਪਰੋਚ ਕੀਤਾ ਹੈ ਅਤੇ ਕਰੀਨਾ ਕਪੂਰ ਨੇ ਇਸ ਕਿਰਦਾਰ ਦੇ ਲਈ 12 ਕਰੋੜ ਰੁਪਏ ਦੀ ਫੀਸ ਮੰਗੀ ਹੈ। ਕਰੀਨਾ ਕਪੂਰ ਦੀ ਇਸ ਫੀਸ ਨੂੰ ਸੁਣ ਕੇ ਕਈਆਂ ਦੇ ਹੋਸ਼ ਉੱਡ ਗਏ। ਹੁਣ ਇਹਨਾਂ ਖਬਰਾਂ ਦੇ ਆਧਾਰ ਦੇ ਉੱਪਰ ਹੀ ਕਰੀਨਾ ਕਪੂਰ ਖਾਨ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਪਰ ਹੈਰਾਨੀ ਵਾਲੀ ਗੱਲ ਇਹ ਕਿ ਕਰੀਨਾ ਕਪੂਰ ਅਤੇ ਮੇਕਰਸ ਵਿਚਲੀ 12 ਕਰੋੜ ਰੁਪਏ ਵਾਲੀ ਡੀਲ ਦੀ ਕੋਈ ਵੀ ਅਫੀਸ਼ੀਅਲ ਸਟੇਟਮੈਂਟ ਨਹੀਂ ਹੈ। ਕਈ ਯੂਜ਼ਰ ਤਾਂ ਇਹ ਵੀ ਕਹਿ ਰਹੇ ਨੇ ਜੇਕਰ ਕਰੀਨਾ ਕਪੂਰ ਖਾਨ ਤੱਕ ਸੀਤਾ ਦੇ ਕਿਰਦਾਰ ਦੇ ਲਈ ਅਪਰੋਚ ਕੀਤੀ ਗਈ ਤਾਂ ਉਹ ਸਭ ਇਹਨਾਂ ਦੇ ਖਿਲਾਫ ਪ੍ਰਦਰਸ਼ਨ ਕਰਨਗੇ।